ਆਪਣਾ ਫੁੱਲ ਨੂੰ ਜ਼ਿਆਦਾ ਇੰਜੋਏ ਕਰ ਰਹੇ ਲੜਕੇ ਹੁਣ ਲੋਕੇ ਵੀ ਕਿੱਡਾ ਪੂਲਾ ਅੱਛਾ ਜ਼ਿਆਦਾ ਇੰਜੋਏ ਕਰ ਰਹੇ ਹਾਂ ਠੀਕ ਹੋ ਰਿਹਾ ਗੱਡ ਗੱਡ ਇੱਕ ਵਾਰੀ ਟੁੱਟ ਵੀ ਗਿਆ ਆ ਕੇ ਕਿਸ਼ਤੀਆਂ ਜਨਾਬ ਆ ਟਰਾਮ ਸਟੇਸ਼ਨ ਵਾਲਾ ਵੀ ਬੜਾ ਅੱਛਾ ਸਿਸਟਮ ਇਹਦੇ 'ਚ ਅਤੇ ਜਨਾਬ ਹਿਸਾਬ ਫੁੱਟਬਾਲ ਗਰਾਊਂਡ ਕ੍ਰਿਕਟ ਗਰਾਊਂਡ ਪਲੇ ਲੈਂਡ ਬੱਚਿਆਂ ਵਾਸਤੇ ਠੀਕ ਹੈ ਮੈਪ ਆਫ ਫੋਰੈਸਟ ਪਾਰਕ ਚਾਂਗਾ ਮੰਗਾ ਪਾਰਕਿੰਗ ਏਰੀਆ ਬਾਹਰ ਝੂਲਾ ਪੋਲਾ ਇੱਥੇ ਜਨਾਬ ਜਿਹੜਾ ਆਬਸ਼ਾਰ ਕਸੂਰ ਫਾਰੈਸਟ ਡਿਵੀਜ਼ਨ ਛਾਂਗਾ ਮੰਗਾ ਆਪਣੇ ਪੁਰਾਣੇ ਦਰਖਤ ਲੱਗੇ ਸਨ 1947 ਤੋਂ ਪਹਿਲਾਂ ਲੱਗੇ ਹੋਏ ਸੈਵਨ ਤੋਂ ਪਹਿਲਾਂ ਦਰਖਤ ਲੱਗੇ ਹੋਏ ਯਾਨੀ ਇਹ 1963 ਵਿੱਚ ਬੇਸਿਕਲੀ ਇਹ ਬਕਾਇਦਾ ਫਾਰੈਸਟ ਦਾ ਦਰਜਾ ਦਿੱਤਾ ਗਿਆ ਇਹਨੂੰ ਮਗਰ ਦਰਖਤ ਦਾਰ ਪੁਰਾਣੇ ਪਹਿਲਾਂ ਇਹ ਹਿੰਦੂਆਂ ਦੀ ਜਨਾਬ ਉਹ ਹੁੰਦੀ ਸੀ ਕਿਆ ਕਹਿੰਦੇ ਆ ਵਿੱਚ ਮੰਦਰ ਵੀ ਬਣਾਇਆ ਤਾਂ ਪਹਿਲਾਂ ਉਹ ਢਾਹ ਢੂਹ ਦਿਆ ਫਿਰ ਉਹਨਾਂ ਨੇ ਇਹ ਉਹ ਲੇਕਿਨ ਇੱਕ ਉਹਨਾਂ ਨੇ ਮਹਿਤਾਬ ਮਹਿਲ ਦੀ ਨਿਸ਼ਾਨੀ ਛੱਡੀ ਹੋਈ ਆ ਹਾਂ ਬੜੀ ਬਹੁਤ ਪੁਰਾਣੀ ਝੀਲ ਹੈ ਇਹ ਕੁਛ ਤੁਸੀਂ ਵੀ ਰੋਸ਼ਨੀ ਪਾਉਣੀ ਹਾਂ ਮੈਂ ਨਹੀਂ ਜੇ ਤੂੰ ਰੋਸ਼ਨੀ ਪਾਉਣੀ ਹੈ ਭਾਈ ਤੇ ਪਾ ਲਓ ਬਾਕੀ ਹੈ ਵਾਕੇ ਜਿੰਨੀ ਰੋਸ਼ਨੀ ਲਾਗ ਗੇਟਸ ਕੈਫੇਟੇਰੀਆ ਪਲੇ ਲੈਂਡ ਪਾਰਕਿੰਗ ਏਰੀਆ ਮੇਨ ਗੇਟ ਆਫ ਸ਼ਾਰ ਇਹ ਜਨਾਬ ਸਾਰੀ ਡਾਇਰੈਕਸ਼ਨ ਹੈ ਠੀਕ ਹੈ ਇਹ ਡਾਇਰੈਕਸ਼ਨ ਜੋ ਹੈ ਬੰਦਾ ਪੁੱਛਦਾ ਪੁਲਿਸ ਚੌਕੀ ਵੀ ਹੈ ਕਸ਼ਤੀ ਰਾਣੀ ਝੂਲਾ ਪੁੱਲ ਕ੍ਰਿਕਟ ਫੁੱਟਬਾਲ ਗਰਾਊਂਡ ਟਰਾਮ ਸਟੇਸ਼ਨ ਮਨਾਰੇ ਪਾਕਿਸਤਾਨ ਵੀ ਚਲੋ ਜੀ ਮਨਾਰੇ ਪਾਕਿਸਤਾਨ ਆ ਗਿਆ ਜੀ ਬਗੈਰ ਲਾਹੌਰ ਪਹੁੰਚਣ ਤੋਂ ਕਹਿੰਦੇ ਅਤੇ ਚੱਲ ਕੁਛ ਕਰਾਂਗੇ ਨਾ ਸੈਰ ਭਾਈ ਲਓ ਜੀ ਕਹਿੰਦੇ ਮਨਾਰੇ ਪਾਕਿਸਤਾਨ ਇੱਕ ਹੀ ਹੈ ਦੂਸਰਾ ਵੀ ਹੈ ਜੀ ਭਾਈ ਲਓ ਜੀ ਦੂਸਰਾ ਮਨਾਰੇ ਪਾਕਿਸਤਾਨ ਦੇਖ ਲਈਏ ਪਹਿਲੇ ਆਪਾਂ ਇਹ ਤਾਂ ਜ਼ਰਾ ਛੋਟਾ ਜਿਹਾ ਆਰਾਮ ਨਾਲ ਦੇਖ ਵੀ ਲਵਾਂਗੇ ਮੈਂ ਨਾ ਜੀ ਜੱਫਾ ਪਾ ਕੇ ਮਨਾਰੇ ਪਾਕਿਸਤਾਨ ਦੀ ਫੋਟੋ ਬਣਾ ਦੀ ਛਾਂਗਾ ਮੰਗ ਜੀ ਮਨਾਰੇ ਪਾਕਿਸਤਾਨ ਮਨਾਰੇ ਪਾਕਿਸਤਾਨ ਜਨਾਬ ਲੋਕ ਬਹੁਤ ਮੁਸ਼ਕਿਲ ਨਾਲ ਜਾਂਦੇ ਨੇ ਮਗਰ ਅਸੀਂ ਬੜੇ ਈਜ਼ੀਲੀ ਆ ਗਏ ਹਾਂ ਕੋਈ ਬੰਦਾ ਵੀ ਹੈ ਨਹੀਂ ਦਾਣੇ ਦਾ ਆਓ ਉੱਧਰ ਭਾਈ ਗਾੜੀ ਵੀ ਆ ਗਈ ਹਾਂਜੀ ਹਾਂਜੀ ਹਿਸਟਰੀ ਅੱਛਾ ਇਹ ਟਰਾਮ ਹੈ ਜੀ ਹਿਸਟਰੀ ਆਫ ਛਾਂਗਾ ਮੰਗਾ ਜੰਗਲ ਫੁੱਲ ਤੋੜਨਾ ਸਖਤ ਮਨਾ ਹੈ ਅੱਛਾ ਛਾਂਗਾ ਮੰਗਾ ਦੋ ਭਾਈ ਸਨ ਹਿਸਟਰੀ ਆਫ ਛਾਂਗਾ ਮੰਗਾ ਜੰਗਲ ਜੀ ਦੋ ਤਿੰਨ ਲੈਣੇ ਪੜ੍ਹ ਲੈਣੇ ਜੰਗਲ 1860 ਮੇਂ ਲਗਾਉਣਾ ਸ਼ੁਰੂ ਕੀਤਾ ਗਿਆ ਛਾਂਗਾ ਮੰਗਾ ਦੁਨੀਆ ਸਭ ਤੋਂ ਕਦੀਮ ਤਰੀਨ ਨਹਿਰੀ ਜ਼ਖੀਰਾ ਹੈ ਇਸਕਾ ਪਹਿਲਾ ਮਕਸਦ ਰੇਲਵੇ ਇੰਜਨੋਂ ਕੇ ਲਈ ਈਂਧਨ ਫਰਾਹਮ ਕਰਨਾ ਥਾ ਇਹ ਜ਼ਖੀਰਾ ਜੋ ਕਿ ਬੈਨ ਅਲਾਕਵਾਮੀ ਸ਼ੋਹਰਤ ਕਾ ਹਾਮਲ ਹੈ ਇਹ ਤਹਿਸੀਲ ਚੁਨੀਆਂ ਮੇਂ ਲਾਹੌਰ ਸੇ 75 ਕਿਲੋਮੀਟਰ ਕੇ ਫਾਸਲੇ ਪਰ ਵਾਕਿਆ ਹੈ ਇਸ ਮੇਂ ਕੁਦਰਤੀ ਤੌਰ ਪਰ ਜੰਡ ਕਰੀਰ ਬੇਰੀ ਔਰ ਵਨ ਵਗੈਰਾ ਦਰਖਤ ਉੱਗੇ ਥੇ 1888 ਤੱਕ ਜ਼ਖੀਰਾ ਕੇ ਬੇਸ਼ਤਰ ਹਿੱਸੇ ਮੇਂ ਸ਼ੀਸ਼ਮ ਲਗਾਈ ਗਈ ਬਾਅਦ ਮੇਂ ਤੂਤ ਸਿੰਬਲ ਬਕਾਇਨ ਪਾਪੂਲਰ ਪੇਪਰ ਮਿਲਬਰੀ ਸਫੇਦਾ ਸਰਸ ਬਿਲੋ ਔਰ ਬਾਂਸ ਕੇ ਦਰਖਤ ਵੀ ਲਗਾਉਣਾ ਸ਼ੁਰੂ ਕਰਾਏ ਗਏ ਇਹ ਜ਼ਖੀਰਾ ਛਾਂਗਾ ਔਰ ਮੰਗਾ ਦੋ ਡਾਕੂ ਭਾਈਓ ਕੇ ਨਾਮ ਸੇ ਮਨਸੂਬ ਹੈ ਇਹ ਦੋਨੋਂ ਇਸ ਇਲਾਕੇ ਮੇਂ 18ਵੀਂ ਸਦੀ ਮੇਂ ਰਹਾ ਕਰਤੇ ਥੇ ਇਸਕਾ ਕੁੱਲ ਰਕਬਾ 12,510 ਏਕੜ ਹੈ 1888 ਸੇ 1936 ਕੇ ਦੌਰਾਨ ਪੰਜਾਬ ਕੀ ਬੜਤੀ ਹੋਈ ਆਬਾਦੀ ਕੇ ਪੇਸ਼ ਨਜ਼ਰ ਈਂਧਨ ਔਰ ਟਿੰਬਰ ਕੀ ਮੰਗ ਪੂਰੀ ਕਰਨੇ ਕੇ ਲਈ ਸ਼ੀਸ਼ਮ ਲਗਾਉਣਾ ਮਕਸੂਦ ਥਾ ਸ਼ੁਰੂ ਮੇਂ ਜੰਗਲ ਕੋ ਆਰਜ਼ੀ ਕੂਏ ਖੋਦ ਕਰ ਪਾਣੀ ਲਗਾਉਣਾ ਸ਼ੁਰੂ ਕੀਤਾ ਗਿਆ ਬਾਕੀ ਆਪ ਇੰਟਰਨੈਟ ਸੇ ਇਸਕੀ ਮਾਲੂਮਾਤ ਹਾਸਲ ਕਰ ਸਕਤੇ ਹੈ ਉਹ ਸਾਹਮਣੇ ਗਿਆ ਜੀ ਪਾਕਿਸਤਾਨੀ ਤਰੀਕਾ ਇਸਤੇਮਾਲ ਕਰਕੇ ਹਾਂ ਇਹ ਇੰਜਨ ਕੀ ਵੀਡੀਓ ਬਣਾ ਟਰਾਮ ਸਟੇਸ਼ਨ
रखा जी मॉडल इसका 1125 पीबी हैं किना जी किधर तो हां क्या जनाब रास्ता भी मिल गया सीढ़ियां आई वाह जी मैं आपका होस्ट अशफाक अहमद कियानी छांगा मांगा जंगल से ये जनाब पुराना इंजन ये तो लकड़ी ढोई जाती थी कहते हैं इसके ऊपर लकड़ियां जो है ना वो ये गोरों के टाइम पे और ये इसका सैंपल इधर पड़ा हुआ है ठीक है जी जबरदस्त हां है ना जी कसूर फॉरेस्ट डिवीजन छांगा मांगा ट्राम स्टेशन फास्ट पार्क छांगा मांगा टिकट है जी 20 रुपए फी गज ਇੱਕ ਤਰਫਾ ਬੱਚਿਆਂ ਨੂੰ 10 ਰੁਪਏ ਸਪੈਸ਼ਲ ਬੁਕਿੰਗ ਤੇ ਕਰਦੇ 400 ਰੁਪਏ ਫੀ ਬੋਗੀ ਪੂਰੀ ਬੋਗੀ 400 ਰੁਪਏ ਚ ਬੁੱਕ ਕਰਾ ਸਕਦੇ ਹੋ ਤੇ ਆ ਜਨਾਬ ਪਾਕ ਫੌਜ ਦਾ ਬੈਨਰ ਲੱਗਾ ਹੋਇਆ ਪਾਕ ਫੌਜ ਦੇ ਜਵਾਨਾਂ ਅਫਸਰਾਂ ਕੋਲ ਮੰਗ ਦੋ ਬੜਾ ਸਲਾਮ ਕੋ ਸ਼ਾਮ ਦੇ ਗਿਆ ਇਸ ਕਦਾ ਦਰਖਤ ਤੇ ਨੌਂ ਲਾਏ ਜਾਂਦੇ ਆ ਇਹ ਬੱਚੇ ਨਾ ਇਹਨੂੰ ਤਾਰ ਕੇ ਨਾ ਐਸੋ ਤਾਰ ਕੇ ਨਾ ਇੰਜੇ ਤਾਰ ਕੇ ਹਾਂ ਇੰਜੇ ਛਾਂਗਾ ਮੰਗੇ ਚ ਕਹਿੰਦੇ ਦਰਖਤ ਇਹੀ ਪਾਇਆ ਜਾਂਦਾ ਤੇ ਇੱਕੋ ਪਾਇਆ ਜਾਂਦਾ ਹੋਰ ਲੋ ਜੀ ਆ ਤੇ ਫੁੱਲ ਹੈ ਜੀ ਫਲਾਵਰ ਹੈ ਗੁਲਸ਼ਤਰ ਹਾਂ ਹਾਂ ਇਹ ਜਨਾਬ ਇਹਦਾ ਤਖਤੀ ਲੱਗੀ ਗੁਲਸ਼ਤਰ ਸਾਇੰਸੀ ਨਾਮ ਪਰ ਇਹ ਵੀ ਲਿਖਿਆ ਹੈ ਕਾਮੀ ਦਰਖਤ ਹੈ ਪਾਕਿਸਤਾਨ ਦੇ ਸਿਵਾ ਪੰਜਾਬ ਮੇ ਤਰਾਈ ਰਾਦੀ ਕੇ ਮਗਰਬੀ ਸਾਈਡ ਪਰ ਪਾਇਆ ਜਾਂਦਾ ਹੈ ਸਹੀ ਹੈ ਚੱਕ ਲੋ ਵੇ ਮੈਨੂੰ ਵੀ ਇਹ ਨਹਿਰ ਹੈ ਜਨਾਬ ਏ ਉਹ ਹੀ ਨਹਿਰ ਹੈ ਜਿਹੜੀ ਰਾਣਾ ਸਾਹਿਬ ਦੇ ਘਰ ਕੋ ਲੋ ਜੀ ਇਹ ਜੰਗਲ ਦੇ ਦਰਮਿਆਨ ਥਾਣੀ ਜੰਗਲ ਨੂੰ ਪਾਣੀ ਦਿੰਦੀ ਹੈ ਬਸ ਜੰਗਲ ਦੇ ਪਾਣੀ ਨਾਲ ਸਹੀ ਠੀਕ ਹੋ ਗਿਆ ਹਾਂਜੀ ਨਕਸ਼ਾ ਮਹਿਸਾਬੀ ਜੀ ਸਰਕੀ ਸਾਈਡ ਨਕਸ਼ੇ ਕੀ ਮਦਦ ਸੇ ਜੀ ਆਪਣਾ ਏਰੀਆ ਸਿਲੈਕਟ ਕਰੇ ਔਰ ਜਹਾਂ ਜਹਾਂ ਘੁੰਮਣਾ ਫਿਰਨਾ ਹੈ ਘੁੰਮੇ ਫਿਰੇ ਨਹਾ ਰਾਜਬਾ ਮੈਂ ਨਹਾਣੇ ਕੇ ਲਈ 100 ਮੀਟਰ ਆਗੇ ਜਾਏ ਅੱਛਾ ਨਹਾਣੇ ਕੇ ਲਈ ਆਗੇ ਜਗ੍ਹਾ ਹੈ ਜੀ ਅਗਰ ਕਿਸੇ ਨੇ ਨਹਾਣਾ ਨਹਿਰ ਮੈਂ ਤਾਂ ਇਸ ਜਗ੍ਹਾ ਤੋਂ 100 ਮੀਟਰ ਆਗੇ ਇੱਕ ਏਰੀਆ ਹੈ ਵਹਾਂ ਜਾ ਕੇ ਆਪ ਨਹਾ ਸਕਦੇ ਹੈ ਪੁਲਿਸ ਚੌਕੀ ਵੀ ਜਾਏ ਆਪ ਇਹ ਦੇ ਨਕਸ਼ੇ ਮੈਂ ਇਹ ਝੀਲ ਵਾਲਾ ਏਰੀਆ ਆ ਗਿਆ ਪਰ ਇੱਥੇ ਕਸ਼ਤੀ ਉਸ਼ਤੀ ਵੀ ਹੁੰਦੀ ਖੜੀਆਂ ਨੇ ਤਾਂ ਫਿਰ ਹੋਈ ਹੈ ਫਿਰ ਹਾਂ ਕਿਉਂ ਮੈਨੂੰ ਅਸੀਂ ਪੁੱਲ ਵੇਖ ਲਈ ਝੂਲਾ ਪੁਲਾ ਮੈਂ ਕਿਹਾ ਦੇਖ ਤੇ ਨਹੀਂ ਉੱਪਰ ਚੜ੍ਹ ਝੂਲਾ ਪੁਲਾ ਹਿਲਦਾ ਉਹ ਕੋਈ ਗੱਲ ਨਹੀਂ ਹਿਲਣ ਦਿਓ ਹਿਲਦਾ ਤੇ ਹਿਲਣ ਦਿਓ ਉਹ ਬੁੱਕ ਹੋਏ ਕਿ ਫਿਰ ਜਾਵਾਂਗੇ ਹਾਂ ਕਰਾ ਲੈਂਦੇ ਹਾਂ ਲਓ ਜੀ ਹਿੱਲਣੇ ਵਾਲਾ ਪੁੱਲ ਛਾਂਗਾ ਮਾਂਗਾ ਕੌਣ ਸੀ ਝੀਲ ਹੈ ਜੀ ਇਹ ਹੈ ਉਹ ਜੀ ਕਿਹੜੀ ਝੀਲ ਹੈ ਮਹਿਤਾਬੀ ਝੀਲ ਹੈ ਜੀ ਉਹ ਕਸ਼ਤੀ ਉੱਧਰ ਕਸ਼ਤੀ ਆ ਜੀ ਕਸ਼ਤੀ ਚੱਲ ਪੜੀ ਹੈ ਆਪਾਂ ਵੀ ਜਾਂਦੇ ਹਾਂ ਬੰਦੇ ਪੂਰੇ ਹੋ ਗਏ ਆਪਾਂ ਅਗਲੀ ਦਵਾ ਦੇ ਕੌਣ ਕਿਉਂ ਨਿਆਣੇ ਡਰਾ ਰਿਹਾ ਹੈ ਚਲੋ ਚਲੋ ਮੈਂ ਰਾਗੋ ਮੈਂ ਮਿਲ ਕੇ ਆ ਗਿਆ ਮੈਂ ਐਸੇ ਫਿਰ ਕੇ ਆਇਆ ਮੈਂ ਕਿਹਾ ਤੁਸੀਂ ਕਸ਼ਤੀ ਫੜੋ ਹਾਂ ਹਾਂ ਮੈਂ ਆ ਰਿਹਾ ਕੀ ਹੋ ਗਿਆ ਔਰ ਜੀ ਝੂਲਾ ਜੇ ਹਿੱਲਣੇ ਵਾਲਾ ਝੂਲਾ ਓਏ ਝੂਲਾ ਨਹੀਂ ਹੈ ਇਹ ਪੁੱਲ ਹੈ ਹਿੱਲਣੇ ਵਾਲਾ ਪੁੱਲ ਹੈ ਵਾਕਿਆ ਹਿੱਲ ਰਿਹਾ ਯਾਰ ਇਹ ਹੈ
ਤਾਰਕ ਮੇਰੇ ਪਿੱਛੇ ਪਿੱਛੇ ਐਵੇਂ ਤੂੰ ਤੂੰ ਮੇਰੇ ਪਿੱਛੇ ਪਿੱਛੇ ਹੀ ਹੈ ਮੈਨੂੰ ਕੀ ਹੋਣਾ ਇਹ ਦੇਖੋ ਭਾਈ ਹੁਣ ਫੋਟੋ ਲੈ ਰਹੇ ਅੱਛਾ ਜੀਲ ਉੱਥੇ ਖਤਮ ਹੋ ਜਾਂਦੀ ਲੱਗਦਾ ਨੁਕਰ ਜੀਲ ਵਿੱਚ ਭਾਈ ਉਹਨਾਂ ਦੀ ਵੀਡੀਓ ਬਣਾ ਲਈ ਕਿੱਡੀ ਪਿਆਰੀ ਵੇਖੋ ਝੀਲ ਕਿੱਡੀ ਪਿਆਰੀ ਝੂਲਾ ਵੀ ਸਹੀ ਹੈ ਇਹ ਸਾਰੇ ਘੁੰਮਣ ਫਿਰਨ ਆਏ ਹੋਏ ਨੇ ਠੀਕ ਹੈ ਇੰਜੋਏ ਕਰ ਰਹੇ ਸਾਰੇ ਲੋਕ ਆਪਣਾ ਪੁੱਲ ਨੂੰ ਜ਼ਿਆਦਾ ਇੰਜੋਏ ਕਰ ਰਹੇ ਲੜਕੇ ਹੁਣ ਅੱਛਾ ਜ਼ਿਆਦਾ ਇੰਜੋਏ ਕਰ ਰਹੇ ਕੀ ਰੇਟ ਕੀ ਹੈ ਭਾਈ ਇਹਦਾ ਕਿਸ਼ਤੀ ਦਾ 40 ਰੁਪਏ ਇੱਕ ਬੰਦੇ ਦੇ ਇੱਕ ਬੰਦੇ ਦੇ ਹੋ ਗਏ ਤੇ ਬਾਬੇ ਦੇ ਬਾਬੇ ਦੇ 80 ਬੱਚੇ ਦੇ ਹੈ ਬੱਚੇ ਦੇ ਆਦੇ ਬੱਚੇ ਦੇ 3 ਸਾਲ ਦਾ ਕੀ ਬੱਚਾ ਕਿੰਨੀਆਂ ਲੈਣੀਆਂ ਬਸ 5 ਹਾਂ 200 ਨਹੀਂ ਦਿੱਤਾ ਯਾਰ ਲਓ ਜੀ 5 ਟਿਕਟਾਂ 200 ਰੁਪਏ ਟਿਕਟਾਂ ਕਿੰਨੀਆਂ ਲੈਣੀਆਂ ਤਾਂ ਕਿੰਨਾ ਹੁੰਦਾ ਆ ਰਿਹਾ 200 ਦਿੱਤਾ ਪੂਰਾ ਹੋ ਗਿਆ ਹਾਂ ਬੱਚਾ ਆਪਣਾ ਹੀ ਕਿਹੜਾ ਹੈ ਚਲੋ ਭਾਅ ਜੀ ਕਸ਼ਤੀ ਤਿਆਰ ਹੈ ਜੀ ਫਿਰ ਮੇਰਾ ਇੰਤਜ਼ਾਰ ਹੋ ਰਿਹਾ ਮੇਰਾ ਇੰਤਜ਼ਾਰ ਹੋ ਰਿਹਾ ਨਾ ਚਲੋ ਪੁੱਤਰ ਜਗ੍ਹਾ ਦੇ ਦਿਓ ਬੱਚਿਓ ਇਹ ਬੱਚੇ ਨੂੰ ਉਠਾਉਣਾ ਇੱਥੋਂ ਹਾਂ ਪੁੱਤਰ ਤੂੰ ਕਿੱਧਰ ਜਾਣਾ ਇਹ ਤਾਂ ਫ੍ਰੀ ਚ ਹੋਣਾ ਚਾਹੀਦਾ ਸੀਟ ਤੋਂ ਬਗੈਰ ਜਾ ਰਿਹਾ ਬੈਲੈਂਸ ਕਰ ਲਓ ਬੈਲੈਂਸ ਕਰ ਲਓ ਫਿਰ ਰੌਲਾ ਰੌਲਾ ਨਾ ਪਾਇਓ ਤੁਹਾਡੀ ਮਿਹਰਬਾਨੀ ਤਰਿਓ ਟੁਰਿਓ ਨਾ ਗਿਆ ਮੇਰਾ ਚੈਨਲ ਸਾਰਿਆਂ ਨੂੰ ਸਬਸਕ੍ਰਾਈਬ ਕਰਨਾ ਆਪਣਾ ਸਮੁੰਦਰੀ ਠੀਕ ਹੈ ਸੌਦੀ ਵਾਲਾ ਖਾਬ ਜੋ ਪਿੱਛੇ ਰਹਿ ਗਿਆ ਨੀਚੇ
राइट साइड नहीं हमारी लेफ्ट साइड पे जनाब पुलिस चौकी है, वहाँ आग लगी हुई है। हाँ भाई कह रहा हूँ मच्छर मारने के लिए उन्होंने आग लगाई है, अदरवाइज कोई प्रॉब्लम नहीं है। जानवर वाली साइड में जान में होते हैं। चलो ठीक है जी। ये पाथवे लंघता है झील है जी जिसमें अभी अभी कश्ती की सवारी की है, राउंड ट्रिप लगाया और बादल गरज रहे, किसी वक्त भी बारिश हो सकती है, हल्की फुल्की वैसे छींटे पड़ भी रहे हैं। और ये बगला ये उड़ते हुए जा रहे हैं, तकरीबन 30 साल की उम्र का होएगा, एडा होएगा 30 साल उम्र, देवदार सही देवदार का दरख्त, बड़ा लम्मा दरख्त है, बड़े बड़े उच्चे दरख्त है जनाब। अच्छा ए बैटरी पत्ता है, बैटरी पत्ता दरख्त है, पत्ती भी लगी है जी। पुल नहर दा इन साइड शांगा मांगा जंगल
ਰੈਡ ਏਰੀਆ ਕਲੀਨ ਕੈਂਟੀਨ ਕੈਫੇਟੇਰੀਆ ਔਰ ਸਭ ਠੀਕ ਹੈ ਬਾਈ ਰਸ਼ ਕਿਉਂ ਕੰਮ ਹੈ ਅੱਜ ਰਸ਼ ਕੰਮ ਹੈ ਜਮਾ ਹਫ਼ਤਾ ਇਤਵਾਰ ਰਸ਼ ਰਹੇਗਾ ਬਾਕੀ ਦਿਨ ਐਸਾ ਹੀ ਚੱਲ ਸਹੀ ਹੈ ਠੀਕ ਹੋ ਗਿਆ ਕਿ ਇਸ ਏਰੀਏ ਸੇ ਹਮ ਲੋਕ ਵਾਪਸ ਜਾ ਰਹੇ ਇਸ ਏਰੀਏ ਸੇ ਵਾਪਸ ਜਾ ਰਹੇ ਘੁੰਮ ਫਿਰ ਲਈ ਹੈ ਔਰ ਕੁਛ ਫੈਮਲੀਜ਼ ਆ ਰਹੀ ਔਰ ਕੁਛ ਫੈਮਲੀ ਵਾਪਸ ਜਾ ਰਹੀ ਇਹ ਸਾਰੇ ਬੱਚੇ ਜੋ ਘੁੰਮਣੇ ਫਿਰਨੇ ਕੇ ਲਈ ਆਏ ਇਹ ਜੀ ਬਾਰਿਸ਼ ਮੇਂ ਭੀਗ ਕੇ ਆ ਰਹੇ ਬੱਚੇ ਕੁਛ ਔਰ ਇਹ ਫੈਮਲੀ ਜਾ ਰਹੀ ਹਮ ਲੋਕ ਵੀ ਵਾਪਸ ਜਾ ਰਹੇ ਦੂਸਰੇ ਏਰੀਏ ਮੇਂ ਔਰ ਅਭੀ ਦੇਖਤੇ ਹੈਂ ਕਿ ਆਗਾ ਆਪਕੋ ਵੀ ਦਿਖਾਤੇ ਹੈਂ ਸਭ ਫਨ ਆਪਕੇ ਲੀਏ ਔਰ ਚੈਨਲ ਕੋ ਸਬਸਕ੍ਰਾਈਬ ਕਰਤੇ ਰਹੀਏ ਆਪਣਾ ਸਮੁੰਦਰੀ ਇਸ ਏਰੀਏ 'ਤੇ ਖੁਦਾ ਹਾਫਿਜ਼ ਇਹ ਖੁਦਾ ਹਾਫਿਜ਼ ਹੈ ਜੀ ਇਸ ਏਰੀਏ 'ਤੇ ਲਾਗ ਹੀਟ ਸਕ੍ਰਾਈਬਰ ਦੱਸਦੇ ਹਾਂ ਭਾਈ ਇੰਤਜ਼ਾਰ ਕਰ ਰਿਹਾ ਆਪਣੇ ਔਰ ਇਹ ਹੈ ਜੀ ਪਾਰਕਿੰਗ ਛਾਂਗਾ ਮਾਂਗਾ ਛਾਂਗਾ ਮਾਂਗਾ ਕੇ ਜੰਗਲ ਮੇਂ ਔਰ ਜਲਦੀ ਜਲਦੀ ਕੋਸ਼ਿਸ਼ ਕਰੇਂਗੇ ਕੋ ਦੋ ਚਾਰ ਜਾਨਵਰ ਦੇਖ ਲੇ ਔਰ ਬਾਕੀ ਹਮਾਰੀ ਵੀਡੀਓ ਕੰਪਲੀਟ ਹੋ ਜਾਏ ਥੋੜਾ ਸਾ ਇਹ ਤਾਂ ਮੋਰ ਜੀ ਤਾਦਾਦ ਨਰ ਮਾਦਾ ਬੱਚੇ ਸਿਰਫ ਤਿੰਨ ਪੀਸ ਉਹ ਸਾਹਮਣੇ ਬੈਠੇ ਬਾਕੀ ਛੁੱਪ ਗਏ ਹੋਏ ਜੀ ਅੰਦਰ ਉਹ ਜੀ ਬੰਦਰ ਬੈਠੇ ਹੋਏ ਇੰਜੋਏ ਕਰ ਰਹੇ ਬਾਰਿਸ਼ ਹਾਂ ਕਿੰਨੇ ਪੀਸ ਨੇ ਬੰਦਰ ਜੀ ਇਸ ਸਾਈਡ ਤੇ ਕੀ ਇਹ ਵੀ ਬੰਦਰਾਂ ਦਾ ਹੀ ਇਧਰ ਘੁੰਮੋ 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 ਜਲਦੀ ਜਲਦੀ ਇਹ ਅਕੇਲਾ ਹੀ ਬੈਠਾ ਹੋਇਆ ਹਾਂ ਤੂੰ ਅਕੇਲਾ ਬੈਠਾ ਹੋਇਆ ਕਾਮਨ ਮੋਰ ਜੀ ਤਾਦਾਦ ਨਰ ਮਾਦਾ ਬੱਚੇ ਕੋਈ ਤਾਦਾਦ ਨਹੀਂ ਹੈ ਕਿਹੜੇ ਚ ਪਰਲੇ ਏਰੀਆ ਓਪਨ ਨੇ ਉਹ ਵੈਸੇ ਘੱਟ ਹੀ ਨਜ਼ਰ ਆਉਂਦੇ ਹੋਣਗੇ ਫਿਰ ਹਾਂ ਜੀ ਮੋਰ ਨਹੀਂ ਇਹ ਸੀਨ ਦੇਖ ਕਿਹੜਾ ਪਿਆਰੇ ਇਹ ਤਾਂ ਦੇਖੀ ਇਹ ਦੇਖ ਅੱਛਾ ਮੈਂ ਉਹਦਾ ਵਿਸ਼ ਹੋ ਰਹੀ ਹੈ ਔਰ ਹਮਨੇ ਆਪਣਾ ਪ੍ਰੋਗਰਾਮ ਜੋ ਹੈ ਪੋਸਟਪੋਨ ਕਰ ਦਿਆ ਹੈ ਅਭੀ ਵਾਪਸ ਜਾਏਂਗੇ ਕੁਛ ਜਾਨਵਰਾਂ ਕੀ ਵੀਡੀਓ ਬਣਾਏ ਬਾਕੀ ਫਿਰ ਇਨਸ਼ਾਅੱਲਾ ਕਦੇ ਮੌਕਾ ਮਿਲੇਗਾ ਤੋ ਮਗਰ ਇਹ ਹੈ ਜੀ ਬਾਰੇ ਛਾਂਗਾ ਮਾਂਗਾ ਕੀ ਔਰ ਬਾਰਿਸ਼ ਕਲਾਸ ਕੀ ਹੋ ਰਹੀ ਹੈ ਟਕਾ ਕੇ ਹੋ ਰਹੀ ਹੈ ਜ਼ਬਰਦਸਤ ਮਾਹੌਲ ਹੋ ਗਿਆ ਲਓ ਜੀ ਬਾਰਿਸ਼ ਹੋ ਰਹੀ ਹੈ ਜ਼ਬਰਦਸਤ ਛਾਂਗਾ ਮਾਂਗਾ
help us to save wildlife. ਕਾਲ ਮਾਰ ਕੇ ਬਹਿਣਾ ਠੀਕ ਹੈ ਜੀ ਗੁੱਡ ਬਾਏ ਚੰਗਾ ਮੰਗਾ ਨਹਿਰ ਕਿਨਾਰੇ ਔਰ ਉਹ ਸਾਹਮਣੇ ਕੋਸੇ ਕਲਾ ਬਾਰੋ ਬਾਰ ਆਉਂਦੀ ਆ ਮੈਂ ਤਾਂ ਕਿਹਾ ਤੇਰੇ ਪਿੰਡ ਥਾਣੀ ਗੁਜ਼ਰ ਕੇ